सारयां नूं सति श्री अकाल जी। परमजीत सिद्धू दी किचन दे विच तुहाडा बहुत बहुत स्वागत है। अज आपां बनावांगे रैड चिली सॉस, जिहड़ी कि कई तरह दीआं डिशां दे विच पैंदी है, जिहड़ी कि आपां घरे बनाई होवे तां उस तों सब तों ही वधिया गल है। तां आओ फिर आपां वेखीए रैड चिली सॉस वास्ते आपां नूं की समान चाहीदा है। इहदे वास्ते मैं रैड लाल मिर्चां तोड़ लिआई सीगी, प्लाट चो अपने को डेढ़ कपा दे नेड़ हैगियां, डेढ़ कपा दे नेड़ हैगियां, मतलब अद्धा किलो नालों घट है ते पाइया नालों ज्यादा। तां उहदे विच आपां पावांगे 4 चम्मच पावांगे चीनी दे, 2 चम्मच पावांगे आपां नमक दे, सादा खाण वाला नमक, ते एक गंढी मैं छिल ली है लसन दी, 2.5 इंच दा अदरक दा पीस सी ओह छिल के ते मोटे मोटे पीसां दे विच कट लिया, क्योंकि बाद च तां आपां पेस्ट ही बना देनी है इहदी। ते 1 चम्मच लिया मैं जीरे दा, ते विच आपां थोड़ा जिहा चम्मच क पावांगे जीओ कनोला ऑयल, कोई भी कुकिंग ऑयल होवे तां विच आपां 1/4 कप पावांगे विनेगर। सब तों पहलां आपां मिर्चां तोड़ के लिया के तां इहनां नूं चंगी तरह वाश करके तां बिलकुल आपां ना सुक्का कर लिया, इहनां दीआं डंडियां तोड़ लिया, तोड़ के फिर सुका लिया इह पूरी तरह, वी पाणी सोक साफ करता। हुण इहनां नूं आपां ना कटिंग कर लांगे मोटे मोटे पीसां दे विच, इन्ने इन्ने पीसां दे विच आपां सारियां मिर्चां कटिंग कर लांगे। लो जी, मिर्चां आपां सारियां कटिंग कर लिया, गैस ला के कढ़ाई उपर रख लांगे आपां, विच थोड़ा जिहा तेल पा लांगे आपां, चम्मच डेढ़ क चम्मच ही मसा, तो तेल गर्म हो गया, फिर विच पा देंगे आपां 1 चम्मच जीरा, जीरा जदों थोड़ा जिहा चटक गया फिर आपां कट्टियां होईयां सारियां लाल मिर्चां विच पा देंगे। ਵਿੱਚ ਜਿਹੜਾ ਆਪਣੇ ਕੋਲ ਅਦਰਕ ਹੈ ਆਪਾਂ ਉਹ ਪਾ ਦਾਂਗੇ, ਔਰ ਵਿੱਚ ਹੀ ਪਾ ਦਾਂਗੇ ਲਸਣ। ਇਹ ਆਪਾਂ ਕਟਿੰਗ ਕਰਕੇ ਇਹਦੇ ਵਿੱਚ ਕੁਛ ਵੀ ਨਹੀਂ ਪਾਇਆ ਗਾ, ਅਦਰਕ ਵੀ ਮੋਟੇ ਮੋਟੇ ਪੀਸਾਂ ਚ ਪਾਇਆ ਕਿਉਂਕਿ ਬਾਅਦ ਦੇ ਵਿੱਚ ਆਪਾਂ ਇਹ ਪੀਸਣਾ ਹੀ ਹੈ। ਅਗਰ ਤੁਸੀਂ ਖਾਂਦੇ ਹੋ ਤਾਂ ਲਸਣ ਪਾ ਲਓ, ਨਹੀਂ ਇਹ ਵੀ ਇੱਕ ਬਹੁਤ ਵੱਡਾ ਸੁੱਖ ਹੈ ਵੀ ਜੇ ਆਪਾਂ ਘਰੇ ਤਿਆਰ ਕੀਤੀ ਹੋਊਗੀ ਤਾਂ ਆਪਾਂ ਲਸਣ ਤੋਂ ਬਿਨਾਂ ਵੀ ਇਹ ਚਟਨੀ ਬਣਾ ਸਕਦੇ ਹਾਂ, ਸੌਸ ਬਣਾ ਸਕਦੇ, ਰੈੱਡ ਚਿੱਲੀ ਸੌਸ। ਤਾਂ ਖਾਂਦੇ ਹੋ ਤਾਂ ਪਾ ਲਓ, ਨਹੀਂ ਤਾਂ ਲਸਣ ਆਪਾਂ ਸਕਿਪ ਕਰ ਸਕਦੇ, ਇਹਦੇ ਤੋਂ ਬਿਨਾਂ ਵੀ ਜਿਹੜੀ ਸੌਸ ਬਣੂਗੀ ਬਹੁਤ ਵਧੀਆ ਬਣੂਗੀ। ਮਿੰਟ ਡੇਢ ਕੁ ਮਿੰਟ ਭੁੰਨਣ ਤੋਂ ਬਾਅਦ ਫਿਰ ਆਪਾਂ ਨਾ ਇਹਦੇ ਵਿੱਚ 1/2 ਕੱਪ ਪਾਣੀ ਦਾ ਪਾ ਦਾਂਗੇ, ਮਾਂਚ ਤੇ ਇਹਨੂੰ ਕਵਰ ਕਰਕੇ ਉੱਪਰੋਂ ਢੱਕ ਕੇ ਪਕਾਵਾਂਗੇ। ਜਿਹੜਾ ਇਹ ਪਾਣੀ ਪਾਉਣ ਨਾਲ ਕੀ ਹੋਊ, ਵਿੱਚੋਂ ਇਹ ਸੋਫਟ ਵੀ ਹੋ ਜਾਣਗੇ ਤੇ ਇਹਨਾਂ ਦੀ ਜਿਹੜੀ ਵਧੀਆ ਸਕਿਨ ਹੈ ਉਹ ਵੀ ਵਿੱਚ ਪੂਰੀ ਤਰ੍ਹਾਂ ਪੱਕ ਜੂਗੀ। ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਆਪਣਾ ਇਹ ਪਾਣੀ ਸਾਰਾ ਸੁੱਕ ਨਹੀਂ ਜਾਊਗਾ। ਪੰਜ ਸੱਤ ਮਿੰਟਾਂ ਬਾਅਦ ਪਾਣੀ ਆਪਣਾ ਲਗਭਗ ਸੁੱਕ ਚੁੱਕਿਆ, ਜਿਹੜਾ ਥੋੜਾ ਬਹੁਤਾ ਹੈ ਵੀ ਹੈ ਕੋਈ ਤਾਂ ਉਹ ਆਪਾਂ ਓਪਨ ਕਰਕੇ, ਜੇ ਅਗਰ ਤੁਹਾਡੇ ਹੈ ਮਿਰਚਾਂ ਚ ਪਾਣੀ ਤਾਂ ਓਪਨ ਕਰਕੇ ਇਸ ਤਰ੍ਹਾਂ ਹਿਲਾਉਂਦੇ ਹੋਏ ਇਹਨਾਂ ਨੂੰ ਬਿਲਕੁਲ ਸੁਕਾ ਲਓ, ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਬਿਲਕੁਲ ਵੀ ਹੋਣਾ ਚਾਹੀਦਾ। ਅਗਰ ਇਹਦੇ ਵਿੱਚ ਪਾਣੀ ਰਹਿ ਜਾਊਗਾ ਤਾਂ ਆਪਣੀ ਸੌਸ ਹੈ ਜਿਹੜੀ ਬਹੁਤ ਜਲਦੀ ਖਰਾਬ ਹੋਊਗੀ। ਪਾਣੀ ਆਪਣਾ ਬਿਲਕੁਲ ਐਨ ਸੁੱਕ ਚੁੱਕਿਆ ਵਾ, ਤਾਂ ਗੈਸ ਦੀ ਫਲੇਮ ਕਰਾਂਗੇ ਆਫ, ਇਹਨੂੰ ਨੀਚੇ ਉਤਾਰ ਲਾਂਗੇ ਆਪਾਂ, ਇਹਨੂੰ ਨੀਚੇ ਉਤਾਰ ਕੇ ਗਰਮ ਗਰਮ ਦੇ ਵਿੱਚ ਹੀ ਇਹ ਜਿਹੜੀ ਆਪਣੇ ਕੋਲ 4 ਚਮਚ ਹੈਗੀ ਹੈ ਚੀਨੀ, 2 ਚਮਚ ਹੈਗਾ ਨਮਕ, ਇਹ ਪਾ ਦਾਂਗੇ ਆਪਾਂ। ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਗਰਮ ਗਰਮ ਦੇ ਵਿੱਚ ਹੀ, ਜਿਹਦੇ ਨਾਲ ਕਿ ਫਿਰ ਨਾ ਚੀਨੀ ਤੇ ਨਮਕ ਜਦੋਂ ਮਿਕਸ ਹੋਣਗੇ ਇਹਦੇ ਵਿੱਚ ਗਰਮ ਗਰਮ ਦੇ ਵਿੱਚ ਤਾਂ ਕੁਛ ਤਾਂ ਇਹੀ ਪਾਣੀ ਛੱਡ ਦੇਣਗੇ ਮਿਰਚਾਂ, ਜਦੋਂ ਠੰਡਾ ਹੋ ਜਾਊ ਆਪਾਂ ਫੇਰ ਇਹਦੀ ਪੇਸਟ ਬਣਾਵਾਂਗੇ। 1/4 ਕੱਪ ਆਪਾਂ ਵਿਨੇਗਰ ਪਾ ਲਾਂਗੇ, ਸਿਰਕਾ, ਇਹਨੂੰ ਆਪਾਂ ਥੋੜਾ ਥੋੜਾ ਪਾ ਕੇ ਫੇਰ ਆਪਾਂ
ਪੀਸਾਂਗੇ। थोड़ा थोड़ा सिरका पा के आपां नाल दी नाल तां पीसदे रहांगे। इहदे विच आपां पानी नहीं पावांगे, सिरके नाल ही इहनूं थोड़ा हल्का कर लांगे, लाइट कर लांगे तां पीस लांगे, क्योंकि अगर इहदे विच पानी रह जूगा तां इह जिहड़ी सॉस है अपनी बहुत जल्दी खराब होगी। और दूसरे नंबर ते जिहड़ी जदों आपां ना भी उतार के चीनी ते नमक पा लिया उदों भी बिल्कुल ठंडी करके आपां फिर इहनूं पीसांगे ਤਾਂ ਇਹਦਾ ਕਲਰ ਨਹੀਂ ਖਰਾਬ ਹੋਊਗਾ, ਬਿਲਕੁਲ ਇਸ ਤਰ੍ਹਾਂ ਦਾ ਰੈੱਡ ਦਾ ਰੈੱਡ ਹੀ ਰਹੂਗਾ, ਬਹੁਤ ਵਧੀਆ ਜਿਹੜਾ ਨੈਚੁਰਲ ਕਲਰ ਹੈ। ਲਓ ਜੀ ਪੇਸਟ ਆਪਣੀ ਪੂਰੀ ਵਧੀਆ ਐਨ ਰੈਡੀ ਹੋ ਗਈ, ਤਾਂ ਹੁਣ ਇਹਨੂੰ ਆਪਾਂ ਇੱਕ ਵਾਰੀ ਛਾਣ ਲਾਂਗੇ ਕਿਸੇ ਥੋੜ੍ਹਾ ਜਿਹਾ ਖੁੱਲ੍ਹੇ ਮੂੰਹ ਵਾਲੇ ਬਰਤਨ 'ਤੇ ਰੱਖ ਕੇ ਸਟੇਨਰ, ਅਤੇ ਆਪਾਂ ਇਹਨੂੰ ਛਾਣ ਲਾਂਗੇ। ਸਟੇਨਰ ਨਾਲ ਛਾਣਨ ਨਾਲ ਕੀ ਹੁੰਦਾ ਕਿ ਬਿਲਕੁਲ ਜਿਹੜੀ ਹੈਗੀ ਆ ਸੌਸ ਦੀ ਕੰਸਿਸਟੈਂਸੀ ਬਿਲਕੁਲ ਮਾਰਕੀਟ ਵਰਗੀ ਆਊਗੀ, ਇਹ ਸਮੂਦੀ ਸਿਲਕੀ ਸਮੂਦੀ ਹੋਊਗੀ ਇਹ ਵਧੀਆ, ਅਤੇ ਕਿਉਂਕਿ ਫਿਰ ਇਸ ਤਰ੍ਹਾਂ ਵਿੱਚ ਥੋੜ੍ਹਾ ਜਿਹਾ ਜਿਹੜਾ ਆਉਂਦੇ ਹੈ ਛੋਟੇ ਛੋਟੇ ਪਾਰਟਸ ਆਉਂਦੇ ਆ ਮੂੰਹ ਦੇ ਵਿੱਚ ਉਹ ਨਹੀਂ ਆਉਣਗੇ, ਬਿਲਕੁਲ ਐਨ ਵਧੀਆ ਮਾਰਕੀਟ ਵਰਗੀ ਸਮੂਦ ਹੋਊਗੀ। ਇਹ ਜੋ ਥੋੜ੍ਹਾ ਜਿਹਾ ਸਟੇਨਰ ਦੇ ਵਿੱਚ ਆਪਣੇ ਬਚ ਗਿਆ ਇਹਦੇ ਵਿੱਚ 2 ਚਮਚ ਹੋਰ ਸਿਰਕਾ ਪਾ ਕੇ ਆਪਾਂ ਤਾਂ ਫਿਰ ਆਪਾਂ ਇਹਨੂੰ ਦੂਸਰੀ ਵਾਰੀ ਫਿਰ ਤੋਂ ਆਪਾਂ ਇਹਨੂੰ ਗ੍ਰੈਂਡ ਕਰ ਲਾਂਗੇ। ਨੋਰਮਲੀ ਜੋ ਖਾਣਾ ਖਾਣ ਵਾਲੇ ਚਮਚ ਹੈ 2 ਚਮਚ ਆਪਾਂ ਵਿਨੇਗਰ ਹੋਰ ਪਾ ਲਾਂਗੇ ਇਹਦੇ ਵਿੱਚ, ਤਾਂ ਇਹਦੀ ਫਿਰ ਤੋਂ ਪੇਸਟ ਨੂੰ ਆਪਾਂ ਫਿਰ ਤੋਂ ਗ੍ਰੈਂਡ ਕਰ ਲਾਂਗੇ। ਗ੍ਰੈਂਡ ਕਰਕੇ ਫਿਰ ਇਹਨੂੰ ਦੂਸਰੀ ਵਾਰੀ ਛਾਣ ਲਾਂਗੇ। ਇੱਕ ਤਾਂ ਇਹ ਆਪਣੇ ਹੱਥ ਦੀ ਬਣੀ ਹੋਈ ਹੈ, ਸਾਫ਼ ਸੁਥਰੀ ਹੈ, ਵਧੀਆ ਹੈ। ਦੂਜੇ ਨੰਬਰ 'ਤੇ ਇਹ 10-15 ਰੁਪਈਆਂ ਦੇ ਨਾਲ ਹੀ ਜਿੰਨੀਆਂ ਮਾਰਕੀਟ ਦੇ ਵਿੱਚ 2 ਬੋਤਲਾਂ ਆਉਂਦੀਆਂ ਉਨੇ ਜਿੰਨੀ ਆਪਣੇ ਕੋਲ ਸੌਸ ਬਣ ਕੇ ਰੈਡੀ ਹੋ ਜਾਂਦੀ ਹੈ। ਕਿਉਂਕਿ ਮੈਂ ਤਾਂ ਇਹ ਵੱਡੀ ਬੋਟਲ ਦੇ ਵਿੱਚ ਪਾ ਰਹੀ ਹਾਂ, ਜਿਹੜੀਆਂ ਦੂਜੀਆਂ ਸੌਸ ਵਾਲੀਆਂ ਕੰਚ ਦੀਆਂ ਬੋਤਲਾਂ ਹੁੰਦੀਆਂ ਉਹ ਛੋਟੀਆਂ ਹੁੰਦੀਆਂ, ਜਿਹੜੀਆਂ ਰੈੱਡ ਚਿੱਲੀ ਸੌਸ ਦੀਆਂ ਹੁੰਦੀਆਂ, ਜਿਹੜੀਆਂ ਕਿ ਮਾਰਕੀਟ ਦੇ ਵਿੱਚ 50 ਰੁਪਏ ਤੋਂ ਘੱਟ ਨਹੀਂ ਆਉਂਦੀ। ਉਹ ਇਹ ਜੋ ਬਚਿਆ ਮਟੀਰੀਅਲ ਹੈ ਇਹਨੂੰ ਆਪਾਂ ਕਿਸੇ ਵੀ ਸਬਜ਼ੀ ਦੇ ਵਿੱਚ ਜਾ ਕੇ ਕਿਸੇ ਵੀ ਰੈਸਪੀ ਦੇ ਵਿੱਚ ਵਰਤ ਸਕਦੇ ਹਾਂ, ਕਿਉਂਕਿ ਲਸਣ ਹੈ ਔਰ ਅਦਰਕ ਹੈ ਔਰ ਹੈਗੀਆਂ ਲਾਲ ਮਿਰਚ, ਜਾ ਕੇ ਇਹਨੂੰ ਆਪਾਂ ਥੋੜ੍ਹਾ ਨਮਕ ਪਾ ਕੇ ਪਰੌਂਠਿਆਂ ਦੇ ਵਿੱਚ ਬਣਾਈਏ ਤਾਂ ਪਰੌਂਠੇ ਵੀ ਬਹੁਤ ਟੇਸਟੀ ਬਣਦੇ ਹੈ। ਮੈਂ ਇਹ ਸੌਸ ਵਾਲੀ ਬੋਟਲ ਸਾਫ਼ ਕਰਕੇ ਧੋ ਕੇ ਇਹਨੂੰ ਧੁੱਪ ਲਵਾ ਕੇ ਅਤੇ ਹੁਣ ਇਹਦਾ ਟੈਕਸਚਰ ਵਿਖਾਉਂਦੀ ਮੈਂ ਤੁਹਾਨੂੰ। ਵੇਖੋ ਹੈ ਸਿਲਕੀ ਹੈ, ਵਧੀਆ ਸਮੂਦ ਹੈ, ਓਨੀ ਕੁ ਥਿਕਨੈਸ ਹੈ ਜਿਵੇਂ ਆਪਾਂ ਨੂੰ ਮਾਰਕੀਟ ਵਾਲੀ ਸੌਸ ਹੁੰਦੀ ਹੈ ਰੈੱਡ ਚਿੱਲੀ ਸੌਸ, ਤਾਂ ਇਹ ਉਸ ਤੋਂ ਵੀ ਜ਼ਿਆਦਾ ਵਧੀਆ। ਇਸ ਤਰ੍ਹਾਂ ਕੋਈ ਇਹਦੇ 'ਚ ਪ੍ਰਿਜ਼ਰਵੇਟਿਵ ਨਹੀਂ ਮੈਂ ਪਾਇਆ ਗਾ, ਜਿਹੜਾ ਆਪਾਂ ਸਿਰਕਾ ਪਾ ਕੇ ਅਤੇ ਇਹਨੂੰ ਗ੍ਰੈਂਡ ਕੀਤਾ ਉਹ ਸਿਰਕਾ ਹੀ ਪ੍ਰਿਜ਼ਰਵੇਟਿਵ ਦਾ ਕੰਮ ਕਰੂਗਾ। ਅਗਰ ਤੁਸੀਂ ਸਿਰਕਾ ਨਹੀਂ ਤੁਹਾਡੇ ਕੋਲ ਹੈਗਾ ਤਾਂ ਕੋਈ ਵੱਡੇ 2 ਨਿੰਬੂਆਂ ਦਾ ਜੂਸ ਕੱਢ ਲਓ ਤਾਂ ਉਹ ਪਾ ਲਓ, ਵੀ 4-5 ਕੁ ਚਮਚ ਹੋਣ ਜੂਸ ਦੇ, ਜਿਹਦੇ ਨਾਲ ਵਧੀਆ ਪੀਸਿਆ ਵੀ ਜਾਵੇ, ਕਿਉਂਕਿ ਲੈਮਨ ਅਤੇ ਸਿਰਕਾ ਦੋਨੋਂ ਹੀ ਪ੍ਰਿਜ਼ਰਵੇਟਿਵ ਦਾ ਕੰਮ ਕਰਦੇ ਆ। ਇਸ ਸੌਸ ਨੂੰ ਆਪਾਂ ਇੱਕ ਵਾਰੀ ਬਣਾ ਲਈਏ ਤਾਂ 3 ਮਹੀਨਿਆਂ ਤੱਕ ਵਰਤ ਸਕਦੇ ਹਾਂ ਫਰਿੱਜ ਵਿੱਚ ਰੱਖ ਕੇ। ਹੁਣ ਮੈਂ ਤੁਹਾਨੂੰ ਇਹਦੀ ਥਿਕਨੈਸ ਵਿਖਾਉਂਦੀ ਹਾਂ। ਵੇਖੋ ਬਿਲਕੁਲ ਜਦੋਂ ਆਪਾਂ ਸੌਸ ਵਾਲੀ ਬੋਟਲ 'ਚੋਂ ਪਾਉਂਦੇ ਹਾਂ ਤਾਂ ਇਸ ਤਰ੍ਹਾਂ ਪਤਾ ਹੀ ਨਹੀਂ ਲੱਗਦਾ ਵੀ ਆਪਦੇ ਘਰ ਦੀ ਬਣੀ ਹੋਈ ਹੈ ਕਿ ਆਪਾਂ ਇਹ ਰੈਡੀਮੇਡ ਲਿਆਂਦੀ ਹੋਈ ਹੈ। ਬਿਲਕੁਲ ਇਹ ਕਿਸੇ ਵੀ ਆਪਾਂ ਚਾਈਨੀ ਡਿਸ਼ ਦੇ ਵਿੱਚ, ਕਿਸੇ ਵੀ ਰੈਸਪੀਜ਼ ਦੇ ਵਿੱਚ, ਫਰਾਈ ਰਾਈਸ ਦੇ ਵਿੱਚ, ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਪਾ ਸਕਦੇ ਹਾਂ। ਤਾਂ ਵੀਵਰਸ, ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ। ਜੋ ਵੀਵਰਸ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਘੰਟੀ ਵਾਲਾ ਬਟਨ ਵੀ ਦਬਾ ਦੇਣਾ ਤਾਂ ਕਿ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।